ਹੋਟਲ ਦਾ ਬਿੱਲ ਨਾ ਭਰਨ ਦੇ ਉੱਤੇ ਨਿਲਾਮ ਕੀਤੀਆਂ ਜਾਣਗੀਆਂ ਇਹ ਦੋ ਗੱਡੀਆਂ 19 ਲੱਖ ਦਾ ਬਿੱਲ ਨਾ ਭਰਨ ਦੇ ਉੱਤੇ ਨਿਲਾਮ ਕੀਤੀ ਜਾਊਗੀ ਆਡੀ ਤੇ ਕਰੂਜ਼ 10 ਲੱਖ ਦੀ ਆਡੀ ਤੇ 1.5 ਲੱਖ ਰੁਪਿਆ ਕਰੂਜ਼ ਦੀ ਰੱਖੀ ਹੈ ਕੀਮਤ ਪਿਛਲੇ 5 ਸਾਲਾਂ ਤੋਂ ਇਸੇ ਥਾਂ ਦੇ ਉੱਤੇ ਖੜੀਆਂ ਨੇ ਇਹ ਦੋ ਗੱਡੀਆਂ ਕਈ ਮਹੀਨੇ ਹੋਟਲ ਦੇ ਵਿੱਚ ਰੁਕਣ ਦੇ ਬਾਅਦ ਨਹੀਂ ਦਿੱਤਾ ਸੀ 19 ਲੱਖ ਦਾ ਬਿੱਲ ਤਕਰੀਬਨ 5 ਸਾਲ ਬਾਅਦ ਚੰਡੀਗੜ੍ਹ ਦੇ 5 ਸਤਾਰਾ ਹੋਟਲ ਦੇ ਵਿੱਚ ਖੜੀਆਂ ਗੱਡੀ ਦੀ ਨਿਲਾਮੀ ਹੋਣ ਜਾ ਰਹੀ ਹੈ ਜੀ ਹਾਂ ਮੇਰੇ ਪਿਛਲੇ ਪਾਸੇ ਜੀ ਤੁਸੀਂ ਦੋ ਗੱਡੀਆਂ ਵੇਖ ਰਹੇ ਹੋ ਇੱਕ ਆਡੀ Q3 ਔਰ ਇੱਕ ਸ਼ੈਵਲੈ ਕਰੂਜ਼ ਇਹ ਦੋ ਗੱਡੀਆਂ ਦੋ ਇਸ ਪੰਜ ਤਾਰਾ ਹੋਟਲ ਦੇ ਵਿੱਚ ਆਏ ਮਹਿਮਾਨਾ ਦੀਆਂ ਸੀ ਸਾਲ 2018 ਦੀ ਗੱਲ ਹੈ ਜਦੋਂ ਮਹਿਮਾਨ ਇਸ ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਦੇ ਵਿੱਚ ਆ ਕੇ ਚੈੱਕ ਇਨ ਕਰਦੇ ਨੇ ਔਰ ਇਹਨਾਂ ਮਹਿੰਗੀਆਂ ਗੱਡੀਆਂ ਦੇ ਵਿੱਚ ਉਹ ਇਸ ਹੋਟਲ ਦੇ ਵਿੱਚ ਪਹੁੰਚਦੇ ਨੇ ਹਾਲਾਂਕਿ ਥੋੜਾ ਸਮਾਂ ਉਹਨਾਂ ਦਾ ਇਸ ਹੋਟਲ ਦੇ ਵਿੱਚ ਗੁਜ਼ਰਦਾ ਹੈ ਕੁਝ ਪੇਮੈਂਟਾਂ ਉਹਨਾਂ ਦੇ ਵੱਲੋਂ ਕਰ ਦਿੱਤੀਆਂ ਜਾਂਦੀਆਂ ਨੇ ਜੋ ਖਾਣਾ ਪੀਣਾ ਜੋ ਹੋਟਲ ਦਾ ਕਿਰਾਇਆ ਕਮਰੇ ਦਾ ਉਹ ਉਹਨਾਂ ਦੇ ਵੱਲੋਂ ਜੋ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਅਚਾਨਕ ਉਹ ਪੇਮੈਂਟ ਦੇਣੀ ਬੰਦ ਕਰ ਦਿੰਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 19 ਲੱਖ ਦਾ ਜੋ ਬਕਾਇਆ ਸੀ ਉਹ ਹੋਟਲ ਦੇ ਵਿੱਚ ਚੈੱਕ ਇਨ ਕੀਤੇ ਹੋਏ ਮਹਿਮਾਨਾ ਦਾ ਸੀ ਔਰ ਜਦੋਂ ਉਹ ਪੈਸੇ ਦੇਣ ਤੋਂ ਹੱਥ ਖੜੇ ਕਰ ਗਏ ਤਾਂ ਜਦੋਂ ਬਾਹਰ ਜਾਣ ਲੱਗੇ ਹੋਟਲ ਚੋਂ ਚੈੱਕ ਆਊਟ ਕਰਕੇ ਬਾਹਰ ਨਿਕਲਣ ਲੱਗੇ ਤਾਂ ਹੋਟਲ ਵਾਲਿਆਂ ਨੇ ਉਹਨਾਂ ਦੀਆਂ ਗੱਡੀਆਂ ਇੱਥੇ ਹੀ ਰੱਖ ਦਿੱਤੀਆਂ ਤਾਂ ਇਹ ਦੋ ਗੱਡੀਆਂ ਨੇ ਤਾਂ ਸਾਲ 2018 ਤੋਂ ਇਹ ਗੱਡੀਆਂ ਇੱਥੇ ਹੀ ਖੜੀਆਂ ਹੋਈਆਂ ਨੇ ਹਾਲਾਤ ਤੁਸੀਂ ਦੇਖ ਸਕਦੇ ਹੋ ਟਾਇਰ ਹਾਲਾਂਕਿ ਟਾਇਰਾਂ ਦੇ ਵਿੱਚ ਹਵਾ ਵੀ ਜਿਹੜੀ ਆ ਉਹ ਇਸ ਵੇਲੇ ਨਿਕਲ ਚੁੱਕੀ ਹੈ ਔਰ ਇਹ ਗੱਡੀਆਂ ਸਾਲ 2018 ਤੋਂ ਇੱਥੇ ਹੀ ਖੜੀਆਂ ਹੋਈਆਂ ਨੇ ਦੋ ਪੰਜਾਬ ਦੇ ਵਾਸੀ ਦੱਸੇ ਜਾ ਰਹੇ ਸੀ ਆਪਸ ਦੇ ਵਿੱਚ ਦੋਸਤ ਸੀ ਔਰ ਉਹ ਇਸ ਹੋਟਲ ਦੇ ਵਿੱਚ ਆ ਕੇ ਰਹਿਣ ਲੱਗ ਜਾਂਦੇ ਨੇ ਤਾਂ ਹੋਟਲ ਦੇ ਵਿੱਚ ਜਦੋਂ ਪੰਜ ਤਾਰਾ ਦੇ ਵਿੱਚ ਆਉਂਦੇ ਨੇ ਔਰ ਮਹਿੰਗਾ ਖਾਣਾ ਖਾਉਂਦੇ ਨੇ ਸ਼ਰਾਬਾ ਤੱਕ ਪੀਂਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਦੋਂ ਪੇਮੈਂਟ ਨਹੀਂ ਕੀਤੀ ਜਾਂਦੀ ਤਾਂ ਹੋਟਲ ਦੇ ਜੋ ਮਾਲਕ ਨੇ ਉਹ ਇਹਨਾਂ ਦੀ ਗੱਡੀ ਇੱਥੇ ਹੀ ਰੱਖ ਲੈਂਦੇ ਨੇ ਹਾਲਾਂਕਿ ਜੋ ਹੋਟਲ ਹੈ ਇਹ ਸਿਟਕੋ ਦੇ ਅੰਡਰ ਆਉਂਦਾ ਹੈ ਤਾਂ ਜਦੋਂ ਪੇਮੈਂਟ 19 ਲੱਖ ਦੀ ਨਹੀਂ ਕੀਤੀ ਗਈ ਸੀ ਤਾਂ ਸਾਲ 2018 ਦੇ ਵਿੱਚ ਇਹ ਦੋਵੇਂ ਗੱਡੀਆਂ ਇੱਥੇ ਹੀ ਰੱਖ ਲਿੱਤੀਆਂ ਗਈਆਂ ਸੀ ਔਰ ਮਾਮਲਾ ਜੋ ਹੈ ਉਹ ਅਦਾ ਅਦਾਲਤ ਦੇ ਵਿੱਚ ਚਲਾ ਜਾਂਦਾ ਹੈ ਦਲ ਦੇ ਵਿੱਚ ਮਾਮਲਾ ਜਾਂਦਾ ਹੈ ਔਰ ਅਦਾਲਤ ਦੇ ਵਿੱਚ ਇਹ ਗੱਲ ਰੱਖੀ ਜਾਂਦੀ ਹੈ ਕਿ ਇਹਨਾਂ ਵਿਅਕਤੀਆਂ ਦੇ ਵੱਲੋਂ ਪੇਮੈਂਟ ਨਹੀਂ ਕੀਤੀ ਗਈ ਤਾਂ ਕਿਉਂ ਨਾ ਇਹਨਾਂ ਦੀਆਂ ਗੱਡੀਆਂ ਦੀ ਨਿਲਾਮੀ ਕਰਕੇ ਇਹਨਾਂ ਨੂੰ ਵੇਚ ਕੇ ਉਹ ਹੋਟਲ ਦਾ ਜੋ ਵੀ ਕਿਰਾਇਆ ਸੀ ਜੋ ਕਮਰੇ ਦਾ ਐਕਸਪੈਂਸ ਸੀ ਉਹ ਕੱਢੇ ਜਾਣ ਤਾਂ ਹੁਣ ਖਾਸ ਤੌਰ ਦੇ ਉੱਤੇ ਇਹਨਾਂ ਗੱਡੀਆਂ ਦੀ ਨਿਲਾਮੀ ਕਰਕੇ ਪੈਸਾ ਜੋ ਹੈ ਉਹ ਸਟਕੋ ਇੱਥੋਂ ਹਾਸਲ ਕਰੂਗੀ ਤਾਂ ਆਡੀ ਤੁਸੀਂ ਦੇਖ ਸਕਦੇ ਹੋ Q3 ਨੰਬਰ ਦੀ ਗੱਡੀ ਹੈ ਨੰਬਰ ਹਾਲਾਂਕਿ VIPA PCL 82 ਔਰ ਦੂਸਰੇ ਪਾਸੇ ਤੁਸੀਂ ਸ਼ੈਵਲੈ ਕਰੂਜ਼ ਦੇਖੋਗੇ ਤਾਂ 300 ਨੋ ਨੰਬਰ ਇਸ ਗੱਡੀ ਦਾ ਹੈ ਤਾਂ ਹੁਣ 14 ਫਰਵਰੀ ਨੂੰ ਇਹਨਾਂ ਦੋਵਾਂ ਗੱਡੀ ਦੀ ਨਿਲਾਮੀ ਹੋਣੀ ਹੈ ਔਰ 19 ਲੱਖ ਦਾ ਜੋ ਜੋ ਕਮਰੇ ਦਾ ਬਕਾਇਆ ਸੀ ਬਿੱਲ ਸੀ ਉਹ ਇਹਨਾਂ ਦੇ ਵੱਲੋਂ ਭੁਗਤਾਨ ਨਹੀਂ ਕੀਤਾ ਗਿਆ ਸੀ ਔਰ ਜੇਕਰ ਬ੍ਰੇਸ ਪ੍ਰਾਈਸ ਦੀ ਗੱਲ ਕਰੀਏ ਤਾਂ ਆਡੀ Q3 ਦੀ ਜੋ ਬੇਸ ਪ੍ਰਾਈਸ ਹੈ ਉਹ 10 ਲੱਖ ਰੱਖੀ ਗਈ ਹੈ ਹਾਲਾਂਕਿ ਹੁਣ ਇਹ ਗੱਡੀ ਕਾਫੀ ਸਸਤੀ ਹੋ ਚੁੱਕੀ ਹੈ ਕਿਸੇ ਟਾਈਮ ਜਦੋਂ ਇਹ ਗੱਡੀ ਆਈ ਸੀ ਬਾਜ਼ਾਰ ਦੇ ਵਿੱਚ ਤਾਂ ਉਦੋਂ 55 ਲੱਖ ਦੀ ਹੋਇਆ ਕਰਦੀ ਸੀ ਔਰ ਕਰੂਜ਼ ਦੀ ਗੱਲ ਕਰ ਲਈ ਤਾਂ 18 ਲੱਖ ਦੀ ਇਹ ਗੱਡੀ ਪੈ ਜਾਂਦੀ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਮੌਜੂਦਾ ਸਮੇਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ Q3 ਗੱਡੀ ਜਿਹੜੀ ਆ ਬਹੁਤ ਸਸਤੀ ਹੋ ਚੁੱਕੀ ਹੈ ਤਾਂ 10 ਲੱਖ ਇਹਦਾ ਜਰੂਰ ਜਰੂਰ ਬੇਸ ਪ੍ਰਾਈਸ ਰੱਖਿਆ ਹੋਇਆ ਔਰ ਕਰੂਜ਼ ਦਾ 1.5 ਲੱਖ ਬੇਸ ਪ੍ਰਾਈਸ ਰੱਖਿਆ ਹੋਇਆ ਹੈ ਔਰ ਅੰਦਰ ਦੇ ਹਾਲਾਤ ਵੀ ਤੁਹਾਨੂੰ ਦਿਖਾ ਦਿੰਦੇ ਆ ਅੰਦਰੋਂ ਗੱਡੀ ਕਿਹੋ ਜੀ ਹੈ ਔਰ ਜਿਸ ਤਰੀਕੇ ਦੇ ਨਾਲ 19 ਤਾਂ ਉਸ ਤੋਂ ਬਾਅਦ ਮੈਟਰ ਜੋ ਹੈ ਉਹ ਕੋਰਟ ਦੇ ਵਿੱਚ ਲਿਆ ਜਾਂਦਾ ਹਾਲਾਂਕਿ 5 ਸਾਲ 5 ਸਾਲ ਦੀ ਇਹ ਜਦੋ ਜਹਿਦ ਤੋਂ ਬਾਅਦ ਹੁਣ ਜਾ ਕੇ ਕਿਤੇ ਇਹ ਗੱਡੀ ਨੂੰ ਨਿਲਾਮ ਕਰਨ ਦੀ ਜਿਹੜੀ ਪਰਮਿਸ਼ਨ ਹੈ ਉਹ ਅਦਾਲਤ ਦੇ ਵੱਲੋਂ ਦਿੱਤੀ ਗਈ ਹੈ ਔਰ ਇਦਾਂ ਵੀ ਦੱਸਿਆ ਗਿਆ ਹੈ ਕਿ ਇਹ ਜਦੋਂ ਗੱਡੀ ਦਾ ਪੂਰਾ ਮਾਮਲਾ ਚੱਲ ਰਿਹਾ ਸੀ ਜਦੋਂ ਉਹ ਵਿਅਕਤੀ ਜਿਹੜੇ ਇੱਥੇ ਆ ਕੇ ਰਹਿ ਰਹੇ ਸੀ ਤਾਂ ਉਹਨਾਂ ਦੇ ਵੱਲੋਂ 3 ਵਾਰ 6-6 ਲੱਖ ਦੇ ਚੈੱਕ ਤੱਕ ਦੇ ਦਿੱਤੇ ਗਏ ਸੀਗੇ ਤਾਂ ਹੋਟਲ ਦੇ ਮਾਲਕਾਂ ਨੂੰ 6-6 ਲੱਖ ਦੇ ਚੈੱਕ ਵੀ ਦਿੱਤੇ ਗਏ ਸੀ ਪਰ ਉਹ ਚੈੱਕ ਵੀ ਜੋ ਹੈ ਉਹ ਬਾਉਂਸ ਹੋ ਜਾਂਦੇ ਸੀ ਉਹਨਾਂ ਦੇ ਵਿੱਚ ਸਫੀਸ਼ੀਐਂਟ ਅਮਾਉਂਟ ਜਿਹੜੀ ਹੈ ਹੋਟਲ ਦੇ ਵਿੱਚ ਨਹੀਂ ਉਹਨਾਂ ਦੇ ਅਕਾਊਂਟ ਦੇ ਵਿੱਚ ਨਹੀਂ ਹੁੰਦੀ ਸੀ ਔਰ ਉਸ ਤੋਂ ਬਾਅਦ ਜੋ ਹੈ ਮੈਟਰ ਇਹ ਪੂਰਾ ਕੋਰਟ ਦੇ ਵਿੱਚ ਜਾਂਦਾ ਔਰ ਕੋਰਟ ਨੇ ਹੁਣ ਸੁਣਵਾਈ ਕਰਨ ਤੋਂ ਬਾਅਦ ਇਹ ਫੈਸਲਾ ਸੁਣਾ ਦਿੱਤਾ ਹੈ ਕਿ ਇਹਨਾਂ ਗੱਡੀਆਂ ਦੀ ਨਿਲਾਮੀ ਕੀਤੀ ਜਾ ਸਕਦੀ ਹੈ ਤਾਂ 14 ਫਰਵਰੀ ਨੂੰ ਖਾਸ ਤੌਰ ਦੇ ਉੱਤੇ ਇਹ ਨਿਲਾਮੀ ਰੱਖੀ ਗਈ ਹੈ 14 ਫਰਵਿ ਨੂੰ ਨਿਲਾਮੀ ਹੋਊਗੀ ਇਹ ਗੱਡੀਆਂ ਨੂੰ ਵੇਚਿਆ ਜਾਊਗਾ ਤਾਂ ਜੋ ਜਿਹੜੀ 19 ਲੱਖ ਦੀ ਕੀਮਤ ਬਾਕੀ ਪਈ ਹੈ ਜਿਹੜੀ ਪੈਂਡਿੰਗ ਪਏ ਆ ਪੈਸੇ ਉਹ ਕਿ ਤੋਂਨਾਂ ਕਿ ਤੇ ਵਸੂਲ ਕਰ ਲਿੱਤੇ ਜਾਣਤੇ ਦੋ ਗੱਡੀਆਂ ਨੇ ਨੰਬਰ ਹਾਲਾਂਕਿ ਇਹ ਵੀ ਆਈਪੀ ਨਜ਼ਰ ਆ ਰਹੇ ਹੈ ਪਰ ਇਹ ਨੰਬਰ ਵੀ ਕੀ ਟ੍ਰਾਂਸਫਰ ਹੋ ਸਕੂਗਾ ਇਹ ਖਾਸ ਤੌਰ ਦੇ ਉੱਤੇ ਵੱਡੀ ਗੱਲ ਹੋਊਗੀ ਹਾਲਾਂਕਿ ਦੂਸਰੀ ਗੱਡੀ ਜੇਕਰ ਆਪਾਂ ਕਰੂਜ਼ ਦੀ ਗੱਲ ਕਰ ਲਈਏ ਤਾਂ ਇਸ ਦਾ ਨੰਬਰ ਵੀ ਜ਼ਰੂਰ ਲੁਧਿਆਣੇ ਦਾ ਨੰਬਰ ਹੈ ਵੀ ਆਈਪੀ ਨਜ਼ਰ ਆ ਰਹੇ ਪਰ ਇਹ ਵੀ ਦੇਖਣ ਵਾਲੀ ਗੱਲ ਰਹੂਗੀ ਕਿ ਕੀ ਇਹਦਾ ਨੰਬਰ ਵੀ ਟ੍ਰਾਂਸਫਰ ਹੋ ਸਕਦਾ ਹੈ ਨਹੀਂ ਹੋ ਸਕਦਾ ਤਾਂ ਇਹ ਵੀ ਗੱਡੀ ਅੰਦਰ ਤੁਹਾਨੂੰ ਅਸੀਂ ਕੈਮਰਾਮੈਨ ਨੂੰ ਕਹਾਂਗੇ ਕਿ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਨ ਤਾਂ ਇਹ ਦੋ ਗੱਡੀਆਂ ਨੇ ਜਿਨ੍ਹਾਂ ਦੀ ਨਿਲਾਮੀ ਹੋਣੀ ਹੈ ਇਹ ਨਿਲਾਮੀ ਜੋ ਹੈ ਇਹ 14 ਫਰਵਰੀ ਦਿਨ ਤ ਲੋਕ ਜੋ ਇੱਥੇ ਆ ਕੇ ਚੈੱਕ ਇਨ ਕਰਦੇ ਨੇ ਦੋ ਲੋਕ ਇੱਥੇ ਆ ਕੇ ਰਹਿੰਦੇ ਨੇ ਔਰ ਪੈਸਾ ਜਦੋਂ ਉਹਨਾਂ ਦੇ ਕੋਲ ਨਹੀਂ ਹੁੰਦਾ ਪੈਸਾ ਉਹ ਬਿੱਲ ਪੇ ਕਰਨ ਤੋਂ ਜਦੋਂ ਹੱਥ ਖੜੇ ਕਰ ਜਾਂਦੇ ਨੇ ਤਾਂ ਉਹਨਾਂ ਦੀਆਂ ਗੱਡੀਆਂ ਨੂੰ ਇੱਥੇ ਹੀ ਰੱਖ ਲਿੱਤਾ ਜਾਂਦਾ ਇੱਕ ਤਰੀਕੇ ਨਾਲ ਕਨਫਿਸਕੇਟ ਕਹਿੰਦੇ ਨੇ ਉਸ ਨੂੰ ਕਰ ਲਿੱਤਾ ਗਿਆ ਸੀ ਔਰ ਹੁਣ ਇਹਨਾਂ ਗੱਡੀਆਂ ਦੀ ਨਿਲਾਮੀ ਜਿਹੜੀ ਆ ਉਹ 14 ਫਰਵਰੀ ਨੂੰ ਹੋਣ ਜਾ ਰਹੀ ਹੈ ਤਾਂ ਦੇਖਣਾ ਹੋਊਗਾ ਕਿ 19 ਲੱਖ ਦਾ ਜਿਹੜਾ ਬਿੱਲ ਪੈਂਡਿੰਗ ਸੀਗਾ ਉਹ ਇਹ ਦੋ ਗੱਡੀਆਂ ਕੀ ਉਸ ਦੀ ਪਰਭਾਈ ਕਰ ਪਉਣ ਗਿਆ ਕਿ ਇਹਨਾਂ ਦੋ ਗੱਡੀਆਂ ਦੇ ਵਿੱਚੋਂ 19 ਲੱਖ ਰੁਪਿਆ ਨਿਕਲ ਸਕੂਗਾ ਜਾਂ ਫਿਰ ਘਾਟੇ ਦਾ ਸੈਣਾ ਜਿਸ ਤਰੀਕੇ ਦਾ ਘਾਟਾ ਪਿਛਲੇ 5 ਸਾਲਾਂ ਤੋਂ ਇਹ ਹੋਟਲ ਸਹਰੇ ਹੈ ਕਿਉਂਕਿ ਜੇ 19 ਲੱਖ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਸ ਦੇ ਉੱਤੇ ਵਿਆਜ ਵੀ ਆਮੂਮਨ ਜੀ ਗੱਲ ਹੈ ਕਿ ਖੜਾ ਹੋ ਗਿਆ ਹੋਊਗਾ ਵਿਆਜ ਵੀ ਉਸ ਉੱਤੇ ਪੈ ਰਿਹਾ ਹੋਗਾ ਉਹਨੇ ਅਮਾਉਂਟ ਦੇ ਉੱਤੇ ਤਾਂ ਕੀ ਇਹ 19 ਲੱਖ ਇਹ ਘਾਟਾ ਦੋ ਗੱਡੀਆਂ ਦੇ ਵੱਲੋਂ ਪੂਰਾ ਕਰ ਦਿੱਤਾ ਜਾਊਗਾ ਔਰ ਕੋਈ ਇਹਨਾਂ ਗੱਡੀਆਂ ਨੂੰ ਖਰੀਦੂਗਾ ਜਾਂ ਫਿਰ ਇਹ ਇਸੇ ਤਰੀਕੇ ਦੇ ਨਾਲ ਇੱਥੇ ਹੀ ਖੜੀਆਂ ਰਹਿਣਗੀਆਂ ਕਿਉਂਕਿ ਹੋਟਲ ਵਾਲੇ ਵੀ ਕਹਿੰਦੇ ਨੇ ਕਿ ਇਹ ਵੀ ਸਾਡੇ ਵਾਸਤੇ ਬੋਝ ਬਣੀਆਂ ਹੋਈਆਂ ਨੇ ਇਹ ਤੁਸੀਂ ਹੋਟਲ ਦੀ ਮੁੱਖ ਐਂਟਰੈਂਸ ਦੇਖੋਗੇ ਤਾਂ ਮੁੱਖ ਐਂਟਰੈਂਸ ਦੇ ਉੱਤੇ ਹੀ ਜੋ ਹੈ ਇਹ ਗੱਡੀਆਂ ਇੱਥੇ ਖੜੀਆਂ ਰਹਿੰਦੀਆਂ ਨੇ ਕੋਈ ਮਹਿਮਾਨ ਆਉਂਦਾ ਕੋਈ ਮਹਿਮਾਨ ਜਾਂਦਾ ਤਾਂ ਉਹਨਾਂ ਨੂੰ ਇਹ ਪਾਰਕਿੰਗ ਨਹੀਂ ਮਿਲਦੀ ਇਸ ਥਾਂ ਦੇ ਉੱਤੇ ਉਹੀ ਗੱਡੀਆਂ ਉਸੇ ਟਾਈਮ ਤੋਂ ਪਿਛਲੇ 5 ਸਾਲਾਂ ਤੋਂ ਇਹ ਗੱਡੀਆਂ ਉਵੇਂ ਦੀਆਂ ਉਵੇਂ ਹੀ ਖੜੀਆਂ ਹੋਈਆਂ ਨੇ ਤਾਂ ਹੁਣ ਦੇਖਣਾ ਹੋਊਗਾ ਕਿ ਇਹਨਾਂ ਦੀ ਜਰੂਰ ਨਿਰਾਮਾਈ ਹੋਊਗੀ ਤਾਂਕਿ ਇਹਨਾਂ ਦਾ ਬਣਦਾ ਮੁੱਲ ਇਹਨਾਂ ਹੋਟਲ ਵਾਲਿਆਂ ਨੂੰ ਮਿਲਦਾ ਹੈ ਜਾਂ ਨਹੀਂ ਇਹ ਖਾਸ ਤੌਰ ਦੇ ਉੱਤੇ ਧਿਆਨ ਦੀ ਗੱਲ ਰਹੂਗੀ ਕੈਪਰਸਨ ਸੁਮੇਦਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ